ਕਿਰਪਾਨ ਮਤਲਬ ਕਿ ਭਾਰਤ ਪੰਜਾਬ ਤੋਂ ਸਵਾਏ ਅਸੀਂ ਕਨੇਡਾ ਅਮਰੀਕਾ ਇੰਗਲੈਂਡ ਮਤਲਬ ਕਿ ਦੁਨੀਆ ਦੇ ਹਰ ਕੰਟਰੀ ਹਰ ਦੇਸ਼ ਵਿੱਚ ਜਿੱਥੇ ਵੀ ਕੋਈ ਗੁਰਸਿੱਖ ਜਾਂ ਅੰਮ੍ਰਿਤਧਾਰੀ ਸਿੰਘ ਰਹਿੰਦਾ ਹੈ ਉਹ ਹਰ ਇੱਕ ਤੋਂ ਇਹ ਕਿਰਪਾਨ ਮਸਲਾ ਹੈ ਵੀ ਇਹ ਪਾ ਕੇ ਖੁਸ਼ ਹੈ ਅਤੇ ਮੰਗਦਾ ਅਤੇ ਅਸੀਂ ਹਰ ਇੱਕ ਥਾਂ ਇਸ ਨੂੰ ਕੂਰੀਅਰ ਥਰੂ ਜਾਂ ਉਸ ਤਰ੍ਹਾਂ ਭੇਜਦੇ ਹਾਂ ਜੀ। ਇਹ ਕੰਮ ਜੀ ਤਕਰੀਬਨ ਸਾਨੂੰ ਕਰਦਿਆਂ ਨੂੰ 100 ਸਾਲ ਹੋ ਗਿਆ ਜੀ ਅਤੇ ਮੇਰੇ ਮਤਲਬ ਕਿ ਸਤਿਕਾਰਯੋਗ ਦਾਦਾ ਮਿਸਤਰੀ ਬਹੁਤ ਸਿੰਘ ਜੀ ਨੂੰ ਦਮਦਮੀ ਟਕਸਾਲ ਦੇ 11ਵੇਂ ਜਥੇਦਾਰ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਪ੍ਰੇਰਨਾ ਕਰਕੇ ਉਸ ਵਕਤ ਅੰਮ੍ਰਿਤ ਛਕਾਉਣ ਵਾਸਤੇ ਛੋਟੀਆਂ ਕਿਰਪਾਨਾਂ ਦੀ ਜ਼ਰੂਰਤ ਸੀਗੀ ਅਤੇ ਜੋ ਉਸ ਸਮੇਂ ਤੱਕ ਬਹੁਤ ਘੱਟ ਬਣਦੀਆਂ ਸੀ ਅਤੇ ਮਹਾਂਪੁਰਖਾਂ ਨੇ ਇਹਨਾਂ ਨੂੰ ਦਾਦਾ ਜੀ ਨੂੰ ਗੁਰਦੁਆਰਾ ਬਣਾ ਕੇ ਬੁਲਾ ਕੇ ਕਿਹਾ ਸੀ ਕਿ ਨਿੱਕੀਆਂ ਕਿਰਪਾਨਾਂ ਬਣਾਓ ਤਾਂ ਉਸ ਵਕਤ ਬਾਬਾ ਜੀ ਨੇ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਦਾ ਹੁਕਮ ਮੰਨ ਕੇ ਉਸ ਸਮੇਂ ਤੋਂ ਇਹ ਕੰਮ ਸ਼ੁਰੂ ਕੀਤਾ ਸੀ ਅਤੇ ਉਸ ਤੋਂ ਬਾਅਦ ਮੇਰੇ ਸਤਿਕਾਰਯੋਗ ਪਿਤਾ ਸਰਦਾਰ ਮਹਿੰਦਰ ਸਿੰਘ ਬਾਬਾ ਬਹੁਤ ਸਿੰਘ ਜੀ ਦਾ ਪਰਿਵਾਰ ਉਸ ਤੋਂ ਬਾਅਦ ਮੈਂ ਤੀਜੀ ਪੀੜ੍ਹੀ 'ਚ ਅਤੇ ਮਗਰ ਚੌਥੀ ਪੀੜ੍ਹੀ 'ਚ ਮੇਰੇ ਬੱਚੇ ਜਿਹੜੇ ਹੈ ਸਾਡਾ ਪਰਿਵਾਰ ਇਹ ਹੀ ਕੰਮ ਕਰ ਰਹੇ ਹਾਂ ਜੀ। ਪਹਿਲਾਂ ਤਾਂ ਬਿਲਕੁਲ ਹੀ ਸਿੰਪਲ ਕਿਰਪਾਨ ਹੁੰਦੀ ਸੀ ਮਤਲਬ ਕਿ ਜਿਸ ਤਰ੍ਹਾਂ ਬਾਬਾ ਜੀ ਨੇ ਪਹਿਲਾਂ ਕਿਰਪਾਨ ਬਣਾਈ ਸੀ ਖੂਹ ਦੀ ਟਿੰਡ ਹੁੰਦੀ ਸੀ ਉਹਦੀ ਜਿਹੜੀ ਦਾਲੇ ਪੱਤੀ ਸੀਗੀ ਉਹ ਵੱਢ ਕੇ ਅਤੇ ਉਹਦੀ ਕਿਰਪਾਨ ਬਣਾਤੀ ਅਤੇ ਉਸੇ ਹੀ ਜਿਹੜੀ ਦਾਲੇ ਟੀਨ ਸੀਗੀ ਉਹਨੂੰ ਮੋੜ ਕੇ ਉਹਦਾ ਮਿਆਨ ਚਾੜ੍ਹਤਾ। ਉਸ ਤੋਂ ਬਾਅਦ ਸਮੇਂ ਮੁਤਾਬਕ ਉਸ ਉਹਦੇ ਵਿੱਚ ਤਰੱਕੀ ਹੋਈ ਤਾਂ ਜਿਹੜਾ ਉੱਪਰਲਾ ਮਿਆਨ ਸੀ ਉਹ ਲੱਕੜ ਦਾ ਬਣਾਉਣ ਲੱਗ ਗਏ ਅਤੇ ਉਹਦੇ ਉੱਪਰ ਦੋਨੇ ਪਾਸੇ ਸਮਾਂ ਕਰਨ ਲੱਗ ਗਏ। ਉਸ ਤੋਂ ਬਾਅਦ ਸਮਾਂ ਆਇਆ ਤਾਂ ਫਿਰ ਥੋੜ੍ਹੀ ਉਹਦੇ ਕਢਾਈ ਕਰਕੇ ਵਿੱਚ ਖੰਡੇ ਦੀ ਫਿਰ ਕੁਛ ਪਿੱਤਲ ਦੀ ਵਰਤੋਂ ਕਰਨ ਲੱਗ ਗਏ। ਇਸ ਤਰ੍ਹਾਂ ਸਮੇਂ ਮੁਤਾਬਕ ਹੌਲੀ ਹੌਲੀ ਚੇਂਜ ਆ ਰਹੀ ਹੈ ਜੀ। ਅੱਜ ਜਿਹੜੀ ਇਹ ਕਿਰਪਾਨ ਹੈ ਜਿਵੇਂ ਪੁਰਾਤਨ ਕਿਰਪਾਨਾਂ ਦੇ ਉੱਪਰ ਸੋਨੇ ਚਾਂਦੀ ਦੀ ਕਢਾਈ ਹੁੰਦੀ ਸੀ ਅਤੇ ਅੱਜ ਮਤਲਬ ਕਿ ਅਸੀਂ ਉਹ ਕੰਮ ਵੀ ਸ਼ੁਰੂ ਕੀਤਾ ਹੈ ਮਤਲਬ ਕਿ ਉਸ ਤਰੀਕੇ ਨਾਲ ਪੁਰਾਣੀਆਂ ਜਿਵੇਂ ਕਿਰਪਾਨਾਂ ਉਵੇਂ ਕਢਾਈ ਮਤਲਬ ਕਿ ਕਰ ਰਹੇ ਹਾਂ ਜੀ। ਇਹ ਕਿਰਪਾਨ ਜੀ ਛੋਟੀ ਅਸੀਂ ਤਕਰੀਬਨ 4 ਇੰਚ 5 ਇੰਚ 6 ਇੰਚ ਤੋਂ ਲੈ ਕੇ 9 ਇੰਚ 10 ਇੰਚ 12 ਇੰਚ 15 ਇੰਚ 18 20 ਮਤਲਬ ਕਿ 3 ਫੁੱਟ ਤੱਕ ਕਿਰਪਾਨ ਤਿਆਰ ਹੁੰਦੀ ਹੈ ਜੀ ਸਾਰੀ ਜਿੱਥੋਂ ਮਤਲਬ ਕਿ ਹਰ ਇੱਕ ਸਹੀ ਜਿਸ ਤਰ੍ਹਾਂ ਦੀ ਕੋਈ ਔਡਰ ਕਰਦਾ। ਇਸ ਤੋਂ ਸਿਵਾਏ ਅਸੀਂ ਕੜੇ ਵੀ ਮਤਲਬ ਕਿ ਖੁਦਾਈ ਕਰਕੇ ਜਾਂ ਉਸ ਤਰ੍ਹਾਂ ਜੋ ਆਪਣੇ ਰਵਾਇਤੀ ਸਿੱਖਾਂ ਦਾ ਕੜਾ ਉਸ ਤਰੀਕੇ ਨਾਲ ਸਾਰੇ ਤਿਆਰ ਕਰਦੇ ਹਾਂ। ਜਿਵੇਂ ਪਿੱਛੇ ਹੁਣ ਮਤਲਬ ਕਿ ਦਮਦਮੀ ਟਸਾਲ ਦੇ ਜਿਹੜੇ ਜਥੇਦਾਰ ਬਾਬਾ ਹਰਨਾਮ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਹੈ ਉਹਨਾਂ ਨੇ ਮੈਨੂੰ ਸਪੈਸ਼ਲ ਕੋਲ ਬੁਲਾ ਕੇ ਕਿਹਾ ਕਿ ਜਿਹੜੀ ਇਹ ਕਿਰਪਾਨ ਹੈ ਜੋ ਤੁਸੀਂ ਪੁਰਾਤਨ ਸ਼ੇਪ ਜਿਵੇਂ ਰੱਖ ਰਹੇ ਹਾਂ ਇਹਨੂੰ ਬਦਲਿਓ ਨਾ। ਜਿਵੇਂ ਅੱਜ ਦੇ ਨਵੇਂ ਕਾਰੀਗਰਾਂ ਨੇ ਬੜਾ ਕੁਛ ਹੋਰ ਕੁਛ ਕਰਤਾ ਜੋ ਕਿਰਪਾਨ ਨੂੰ ਕਿਰਪਾਨ ਨਹੀਂ ਰਹਿਣ ਦਿੱਤੀ ਇਸ ਕਰਕੇ ਜਾਂਦੀ ਨੂੰ ਸਹੀ ਸ਼ੇਪ ਰੱਖੋ ਇਸ ਕਰਕੇ ਉਹਨੂੰ ਟਕਸਾਲੀ ਕਿਰਪਾਨ ਕਹਿੰਦੇ ਆ ਕਿ ਜੋ ਟਕਸਾਲ ਦੇ ਮਤਲਬ ਕਿ ਜ਼ਿੰਮੇਵਾਰ ਸਿੰਘ ਜਾਂ ਜੋ ਮਹਾਂਪੁਰਖ ਆ ਸਾਨੂੰ ਸਮੇਂ ਸਮੇਂ ਮੁਤਾਬਕ ਅਸੀਂ ਸੋਧ ਬਾਰੇ ਦੱਸਦੇ ਰਹਿੰਦੇ ਆ ਅਤੇ ਅਸੀਂ ਉਸ ਤੋਂ ਬਾਹਰ ਨਹੀਂ ਜਾਂਦੇ ਜੀ। ਅਠਾਸੀ ਦੇ ਵਿੱਚ ਮੈਨੂੰ ਜੋਬ ਮਿਲ ਗਈ ਸੀ
ਜਦੋਂ ਮੈਨੂੰ ਟੀਚਰ ਦੀ ਜੋਬ ਮਿਲ ਗਈ ਅਤੇ ਉਸ ਮੈਥ ਟੀਚਰ ਦੀ, ਅਤੇ ਮਤਲਬ ਕਿ ਮੈਂ ਉੱਥੇ ਜੁਆਇਨ ਕਰ ਲਿਆ। ਪਰ ਮੇਰੇ ਜਿਹੜੇ ਪਿਤਾ ਸੀ, ਉਹਨਾਂ ਦੀ ਇੱਛਾ ਸੀਗੀ ਕਿ ਇਹ ਮਹਾਂਪੁਰਖ ਦੀ ਬਖਸ਼ਿਸ਼ ਅਨੁਸਾਰ ਇਹ ਕੰਮ ਸ਼ੁਰੂ ਹੋਇਆ ਅਤੇ ਬੰਦ ਨਾ ਕੀਤਾ ਜਾਵੇ। ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਇਹ ਕੰਮ ਮਸਲਾ ਵੀ ਆਪਾਂ ਨੂੰ ਬੰਦ ਨਹੀਂ ਕਰਨਾ ਚਾਹੀਦਾ, ਅਤੇ ਸਰਵਿਸ ਦੇ ਵਿੱਚ ਤਾਂ ਚਲੋ ਪੈਸੇ ਤਾਂ ਇਸ ਕੰਮ 'ਚ ਵੀ ਹੈ, ਇਸ ਕੰਮ 'ਚ ਸਤਿਕਾਰ ਬਹੁਤ ਹੈ ਜੀ, ਪੈਸੇ ਵੀ ਬਣਦੇ ਆ, ਸਤਿਕਾਰ ਵੀ ਹੈ, ਸਭ ਤੋਂ ਵੱਡੀ ਗੱਲ ਇਹ ਹੈ। ਇਸ ਕਰਕੇ ਮੈਂ ਉਹਨਾਂ ਦੀ ਇੱਛਾ ਅਨੁਸਾਰ ਅਗਲੇ ਦਿਨ ਹੀ ਨੌਕਰੀ ਤੋਂ ਰਿਜ਼ਾਈਨ ਕਰਕੇ ਇਹ ਕੰਮ ਸ਼ੁਰੂ ਕਰ ਰਿਹਾ ਸੀ। ਅਸੀਂ ਇੱਕ ਕਿੱਤੇ ਨੂੰ ਕੰਟੀਨਿਊ ਰੱਖਾਂਗੇ ਜੀ, ਕਿਉਂਕਿ ਜੀ ਮੈਂ 2008 ਮੈਂ ਉਸ ਗਿਆ 8th ਕਲਾਸ ਵਿੱਚ ਜੀ, ਉਸ ਤੋਂ ਇਹ ਕਿੱਤਾ ਕਰ ਰਿਹਾ ਜੀ। ਮੈਂ ਫਾਦਰ ਸਾਹਿਬ ਨਾਲ ਸਕੂਲ ਟਾਈਮ ਤੋਂ ਬਾਅਦ ਜੀ ਜੋ ਫਰੀ ਟਾਈਮ ਹੁੰਦਾ ਸੀ ਉਸ ਹੀ ਕੰਮ ਕਰਦੇ ਸੀ, ਚਲੋ ਉਹਨਾਂ ਨਾਲ ਹੈਲਪ ਵੀ ਹੋ ਜਾਂਦੀ ਸੀਗੀ ਜੀ, ਅਸੀਂ ਕੰਮ ਵੀ ਸਿੱਖ ਲੈਂਦੇ ਸੀ। ਮੈਂ 2016 ਵਿੱਚ ਬੀਟੈਕ ਕੀਤੀ ਆਪਣੀ ਮਕੈਨੀਕਲ ਸਟਰੀਮ ਦੇ ਵਿੱਚ ਜੀ, ਬੀਟੈਕ ਕਰਨ ਤੋਂ ਬਾਅਦ ਹੀ ਮੈਂ ਇਹ ਕੰਮ ਕਰ ਰਿਹਾ ਜੀ, ਕਿਉਂਕਿ ਮੈਨੂੰ ਲੱਗਦਾ ਜੀ ਇਸ ਚੀਜ਼ ਵਿੱਚ ਜ਼ਿਆਦਾ ਵਧੀਆ ਚੀਜ਼ ਆ, ਕਿਉਂਕਿ ਹੋਰ ਕੰਮਾਂ 'ਚ ਵੀ ਪੈਸਾ ਬੰਦਾ ਕਮਾ ਸਕਦਾ, ਜਿੱਦਾਂ ਫਾਦਰ ਸਾਹਿਬ ਨੇ ਤੁਹਾਨੂੰ ਦੱਸਿਆ ਜੀ ਇਸ ਚੀਜ਼ 'ਚ ਸਤਿਕਾਰ ਬਹੁਤ ਹੈ ਜੀ। ਦੇਖੋ ਜੀ ਮਸ਼ੀਨੀ ਯੁੱਗ ਦੇ ਵਿੱਚ ਇੱਦਾਂ ਹੁੰਦਾ ਵੀ ਕੰਮ ਤਾਂ ਸੁਖਾਲਾ ਹੋ ਜਾਂਦਾ, ਪਰ ਅੱਜ ਕੱਲ੍ਹ ਦੇ ਟਾਈਮ 'ਤੇ ਜਿਹੜਾ ਹੱਥੀਂ ਕਿੱਤਾ ਜੀ, ਹੈਂਡਵਰਕ, ਉਹ ਬਹੁਤ ਅਲੋਪ ਹੋ ਰਿਹਾ ਕਈ ਕਿੱਤਿਆਂ ਵਿੱਚ, ਤਾਂ ਕਰਕੇ ਹੁਣ ਸਾਨੂੰ ਇਹ ਕੰਮ ਆਉਂਦਾ ਜੀ। ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਹੱਥੀਂ ਵਰਕ ਹੈ ਜੀ ਉਹ ਕੰਟੀਨਿਊ ਰਹੇ।